ਤੁਹਾਨੂੰ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਡਾ YouTube ਚੈਨਲ Universals Smart Education ਉੱਪਰ ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਕਿ ਆਪਾਂ ਓਪਨ ਕੀਤੀ ਹੈ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੀ ਅਫੀਸ਼ੀਅਲ ਵੈੱਬਸਾਈਟ ਜਿੱਥੇ ਆਪਾਂ ਅੱਜ ਤੁਹਾਨੂੰ 883264 ਜਿਹੜਾ ਕੇਸ ਲੱਗਿਆ ਜੀ ਉਸ ਦੇ ਰਿਗਾਰਡਿੰਗ ਇੱਕ ਅਪਡੇਟ ਦੇਣ ਵਾਲੇ ਹਾਂ ਜੀ ਤਾਂ ਆਪਾਂ ਕਰਦੇ ਹਾਂ ਜੀ ਆਪਣਾ ਕੇਸ ਸਰਚ ਤਾਂ ਤੁਸੀਂ ਦੇਖ ਸਕਦੇ ਹੋ ਸਿਵਲ ਰਿਟ ਪਟੀਸ਼ਨ ਕੇਸ ਜਿਹੜਾ ਆਪਣਾ ਜੀ 22390 ਤੇ A ਰਾਜੀ 2020 ਕੇਸ ਕਰਦੇ ਨੇ ਆਪਣਾ ਸਰਚ ਆ ਇਹ ਦੇਖੋ ਜੀ ਆਪਣਾ ਕੇਸ ਆ ਜਿਹੜਾ ਖੁੱਲ ਕੇ ਆ ਚੁੱਕਾ ਹੈ ਅੱਜ ਕਾਫੀ ਲੰਬਾ ਸਮਾਂ ਇਸਦੇ ਤੇ ਬਹਿਸ ਚੱਲੀ ਹੈ ਤੇ ਜੱਜ ਸਾਹਿਬ ਨੇ ਇਹਦਾ ਹਲੇ ਡਿਸੀਜਨ ਨਹੀਂ ਦਿੱਤਾ ਜੀ ਇਹਦੀ ਜਿਹੜੀ ਨੈਕਸਟ ਡੇਟ ਹੈ ਜੀ ਉਹ ਕੱਲ ਦੀ ਪੈ ਚੁੱਕੀ ਹੈ ਯਾਨਕਿ 28 ਅਕਤੂਬਰ 2021 ਅੱਜ ਪੂਰੀ ਉਮੀਦ ਸੀ ਕਿ ਅੱਜ ਦਾ ਫੈਸਲਾ ਲੈਣਾ ਉਹ ਆ ਜਾਵੇਗਾ ਪਰ ਕੋਈ ਗੱਲ ਨਹੀਂ ਇੱਕ ਦਿਨ ਹੋਰ ਵੇਟ ਕਰ ਲੈਣੇ ਆ ਕੱਲ ਇਸ ਦਾ ਜਿਹੜਾ ਡਿਸੀਜਨ ਔਨ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੁਹਾਨੂੰ ਵੀ ਪਤਾ ਹੈ ਕਿ ਖੜ ਦੇ ਵਿੱਚ 8TT 2364 ਯੂਨੀਅਨ ਦਾ ਜਿਹੜਾ ਪੱਕਾ ਮੋਰਚਾ ਜਿਹੜਾ ਉੱਤਰਨੜੇ ਚੱਲ ਰਿਹਾ ਜੀ ਇਸ ਤੋਂ ਇਲਾਵਾ 88635 ਅਤੇ ਜਿਹੜੀ 22 ਜੇਲ੍ਹ ਵਿਭਾਗ ਦੇ ਵਿੱਚ ਪੋਸਟ ਆਈਆਂ ਸੀ 88 ਦੀਆਂ ਉਸ ਦੇ ਸਬੰਧ ਵਿੱਚ ਵਿਭਾਗ ਨੇ ਇੱਕ ਨੋਟਿਸ ਆਊਟ ਕੀਤਾ ਜੀ ਜਿਹਦੇ ਵਿੱਚ ਗੱਲ ਕੀਤੀ ਗਈ ਹੈ ਪੰਜਾਬ ਸਿੱਖਿਆ ਵਿਭਾਗ ਵੱਲੋਂ ਕਰ ਕਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6835 88 ਕਾਡਰ ਡਿਸਐਡਵਾਂਟੇਜ ਏਰੀਏ ਅਤੇ 22 ਪੋਸਟਾਂ ਜੇਲ੍ਹ ਵਿਭਾਗ ਵਿੱਚ ATT ਕਾਡਰ ਦੀਆਂ ਪੋਸਟਾਂ ਭਰਨ ਲਈ ਯੋਗ ਉਮੀਦਵਾਰਾਂ ਵੱਲੋਂ ਜਿਹੜੇ ਆਨਲਾਈਨ ਜਿਹੜੇ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ ਤੇ 16 ਤਰੀਕ ਦਾ ਜਿਹੜਾ ਪੇਪਰ ਹੋ ਚੁੱਕਾ ਹੈ ਜੀ ਇਸ ਦਾ ਤੇ ਇਸ ਸੰਬੰਧੀ ਸਕਰੂਟੀ ਲਈ ਸੰਭਾਵਿਤ ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਕਰੂਟੀ ਸਮੇਂ ਲੋੜੀਂਦੇ ਸਰਟੀਫਿਕੇਟ ਜਾਂ ਦਸਤਾਵੇਜ਼ ਅਗਾਊਂ ਤਿਆਰ ਕਰਵਾ ਕੇ ਰੱਖਣ ਤਾਂ ਜੋ ਸਕਰੂਟੀ ਸਮੇਂ ਸਰਟੀਫਿਕੇਟ ਦਸਤਾਵੇਜ਼ ਬਣਾਉਣ ਲਈ ਕੀਤੀ ਜਾਂਦੀ ਸਮੇਂ ਦੀ ਮੰਗ ਤੋਂ ਬਚਿਆ ਜਾ ਸਕੇ ਅਤੇ ਪ੍ਰਤੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਸਕੇ ਸਕਰੂਟਨੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਕੋਈ ਸਰਟੀਫਿਕੇਟ ਦਸਤਾਵੇਜ਼ इत्यादि ਬਣਾਉਣ ਲਈ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ ਤਵੇ ਭਾਗ ਬੰਨੋਂ ਦੇਖੋ ਸਾਫ ਸਾਫ ਕਿਹਾ ਗਿਆ ਜੀ ਕਿ ਆਪਦੇ ਜਿਹੜੇ ਸਕਿਉਰਿਟੀ ਨਾਲ ਸੰਬੰਧਿਤ ਤੁਹਾਡੇ ਡਾਕੂਮੈਂਟ ਨੇ ਜਿਹੜੇ ਦਸਤਾਵੇਜ਼ ਨੇ ਉਹ ਪਹਿਲਾਂ ਹੀ ਬਣਵਾ ਕੇ ਰੱਖ ਲਓ ਕਿਸੇ ਸਮੇਂ ਵੀ ਜਿਹੜੀ ਲਿਸਟ ਆ ਸਕਦੀ ਹੈ ਤੇ ਆਪਾਂ ਨੂੰ ਸਕਿਉਰਿਟੀ ਲਈ ਉੱਥੇ ਬੁਲਾਇਆ ਜਾ ਸਕਦਾ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਐਕਸਟਰਾ ਮੌਕਾ ਨਹੀਂ ਦਿੱਤਾ ਜਾਵੇਗਾ ਤੇ ਸਮੇਂ ਦੀ ਬਚਤ ਜਿਹੜੀ ਮੰਗ ਨੂੰ ਧਿਆਨ ਵਿੱਚ ਰੱਖਿਆ ਹੋਇਆ ਉਹਨਾਂ ਦੀ ਪ੍ਰਤੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕਰਨ ਨੂੰ ਇੱਥੇ ਕਿਹਾ ਗਿਆ ਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਲੇਟੈਸਟ ਅਪਡੇਟ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਜੀ